ਗੇ ਆਪਾਂ ਸਾਰਾ ਕੁਝ ਤੋਲਿਆ ਆਪਾਂ ਟੂਨੇ ਦੀ ਰਸਮ ਦੀ ਗੱਲ ਕਰੀਏ ਅਧਿਆਤਮਵਾਦੀ ਵਿਚਾਰਧਾਰਾ ਦੱਸਦੀ ਹੈ ਕਿ ਇੱਕ ਸਮਗਰੀ ਜਿਹੜੀ ਕਿ ਇੱਕ ਮਰੀਜ਼ ਦੇ ਨਾਲ ਸੰਬੰਧਿਤ ਹੁੰਦੀ ਹੈ ਉਹਨੂੰ ਇੱਕ ਕੱਪੜੇ ਚ ਪਾ ਕੇ ਜੇਕਰ ਆਪਾਂ ਨੇੜਲੇ ਚ ਰਸਤੇ ਚ ਰੱਖ ਦਈਏ ਤੇ ਉਹਦੇ ਉੱਤੇ ਇੱਕ ਮੰਤਰ ਪੜ੍ਹ ਦਈਏ ਓਮ ਨਮੋ ਓਮ ਕੋ ਨਨਸ਼ਚ ਪਿੰਗਲੋ ਬਬਰੂ ਕ੍ਰਿਸ਼ਨਾ ਰਦਨਾਨਤ ਕੋ ਜਮਾ ਸੌਰੀ ਸਨਿਚਰੋ ਮਨ ਦਾਸ ਦੇਨ ਸੰਤੁਤਾ ਤੋਂ ਛਾਨੀ ਕਰਤਾ ਪੀੜਾ ਨਿਭਾਵ ਤੇ ਕਦਾ ਚਿੰਨਾ ਉਹ ਕਹਿੰਦੇ ਜੇ 7 ਵਾਰੀ ਮੰਤਰ ਪੜ੍ਹ ਕੇ ਆਪਾਂ ਉਸ ਮਗਰੀ ਕਿਤੇ ਚਰਾਸਤੇ ਚ ਰੱਖ ਦਈਏ ਤਾਂ ਮਰੀਜ਼ ਨੂੰ ਆਰਾਮ ਆ ਜਾਂਦਾ ਹੈ ਇਹ ਅਧਿਆਤਮਵਾਦੀ ਵਿਚਾਰਤਾ ਦਾ ਦੱਸਦੀ ਹੈ ਪਰ ਜੇਕਰ ਆਪਾਂ ਇਤਿਹਾਸਕਾਰਾਂ ਦੇ ਨਜ਼ਰੀਏ ਨਾਲ ਨੂੰ ਦੇਖੀਏ ਤਾਂ ਇਤਿਹਾਸਕਾਰ ਕਹਿੰਦੇ ਆ ਕਿ ਨਹੀਂ ਟੂਨੇ ਦੀ ਜਿਹੜੀ ਇਹ ਰਸਮ ਹੈ ਇਹਨੇ ਬੜੀ ਲੋਕਾਂ ਦੀ ਸੇਵਾ ਕੀਤੀ ਹੈ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਰਿਹਾ ਹੈ ਕਿਸੇ ਸਮੇਂ ਇਸ ਰਸਮ ਦੀ ਅਤਿਅੰਤ ਲੋੜ ਹੁੰਦੀ ਸੀ ਇਹਨਾਂ ਨੇ ਸਾਨੂੰ ਦੱਸਿਆ ਕਿ ਇਹਦੀ ਲੋੜ ਕਦੋਂ ਸੀ ਇਹ ਆਂਦੇ ਵੀ ਇਹ ਵੈਦਕ ਕਾਲ ਦੀ ਰਸਮ ਹੈ ਜਦੋਂ ਵੈਦ ਨੂੰ ਵੈਦਗੀ ਦੀ ਸਿੱਖਿਆ ਦਿੱਤੀ ਜਾਂਦੀ ਸੀ ਉਹਨੂੰ ਨਾਲ ਹੀ ਇਹ ਸਿੱਖਿਆ ਦਿੱਤੀ ਜਾਂਦੀ ਸੀ ਕਿ ਅੱਜ ਤੋਂ ਤੂੰ ਪੂਰਨ ਵੈਦ ਹੋ ਗਿਆ ਹੈ ਅੱਜ ਤੋਂ ਤੂੰ ਲੋਕਾਂ ਦੀ ਸੇਵਾ ਵਾਸਤੇ ਸਮਰਪਿਤ ਹੋ ਗਿਆ ਹੈ ਪੈਸੇ ਕਮਾਉਣਾ ਤੇਰਾ ਧਰਮ ਨਹੀਂ ਤੇਰਾ ਧਰਮ ਸਿਰਫ ਲੋਕਾਂ ਦੀ ਸੇਵਾ ਕਰਨਾ ਹੈ ਸੋ ਉਹਨਾਂ ਦੇ ਆਪਣੇ ਮੁਖੀਆਂ ਦੇ ਆਪਣੇ ਜਿਹਨੇ ਉਹਨੂੰ ਸਿਖਾਇਆ ਹੁੰਦਾ ਸੀ ਉਹਦੇ ਆਖੇ ਲੱਗ ਕੇ ਆਪਣੇ ਸ਼ਹਿਰ ਚੋਂ ਨਿਕਲ ਤੁਰਦਾ ਸੀ ਲੋਕਾਂ ਦੀ ਸੇਵਾ ਵਾਸਤੇ ਜੇਕਰ ਆਪਾਂ ਪਟਿਆਲੇ ਦੀ ਗੱਲ ਕਰੀਏ ਪਟਿਆਲੇ ਦਾ ਹੀ ਵੈਦ ਹੋਵੇ ਉਹਨੂੰ ਅਸੀਂ ਇਹ ਸਿੱਖਿਆ ਦੇਤੀ ਵੈਦਗੀ ਅਸੀਂ ਸਿਖਾਤੀ ਨਾਲ ਹੀ ਉਹਦਾ ਅਸੀਂ ਸ਼ਹਿਰ ਵੀ ਛਡਾਤਾ ਤੇ ਸਾਡਾ ਪਟਿਆਲੇ ਦਾ ਹੀ ਮਰੀਜ਼ ਹੋਵੇ ਅਸੀਂ ਉਹਦੇ ਤੱਕ ਸਨੇਹਾ ਲਾਉਣਾ ਵੀ ਜੇ ਮਰੀਜ਼ ਸਾਡਾ ਵੈਦ ਜੀ ਆ ਕੇ ਮਰੀਜ਼ ਦੇਖ ਜੋ ਹੁਣ ਉਹਦੇ ਤੱਕ ਸਨੇਹਾ ਲੱਗਣ ਦੀ ਸਮੱਸਿਆ ਆ ਗਈ ਕਿਉਂਕਿ ਉਹ ਤਾਂ ਘਰੋਂ ਕੱਢਿਆ ਹੋਇਆ ਸਾਡਾ ਪਹਿਲਾ ਫਿਰ ਇਹਨਾਂ ਸਾਡੇ ਪੁਰਖਿਆਂ ਨੇ ਇੱਕ ਰਸਮ ਬਣਾਈ ਵੀ ਤੁਸੀਂ ਇਸ ਰਸਮ ਨੂੰ ਅਪਣਾਓ ਇਸ ਰਸਮ ਅਨਸਾਰ ਉਸ ਵੇਦ ਤੱਕ ਸਨੇਹਾ ਲੱਗ ਸਕਦਾ ਹੈ ਫਿਰ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਕੱਪੜਾ ਲੈ ਲਓ ਉਸ ਕੱਪੜੇ 'ਚ ਜੇਕਰ ਤੁਸੀਂ ਲਲੇਰ ਰੱਖੋਗੇ ਤਾਂ ਸਮਝਿਆ ਜਾਊ ਮਰੀਜ਼ ਸਿਰ ਦਾ ਜੇਕਰ ਉੱਥੇ ਸੱਤ ਅਨਾਜ ਸਤਨਾਜਾ ਰੱਖੋਗੇ ਤਾਂ ਸਮਝਿਆ ਜਾਊ ਮਰੀਜ਼ ਪੇਟ ਦਾ ਜੇਕਰ ਤੁਸੀਂ ਉੱਥੇ ਬੰਗਾ ਰੱਖਦੇ ਆ ਸੰਧੂਰ ਰੱਖਦੇ ਆ ਤਾਂ ਸਮਝਿਆ ਜਾਊ ਮਰੀਜ਼ ਭੈਣ ਹੈ ਤੇ ਜੇਕਰ ਉਥੇ ਕਿਤੇ ਪਊਆ ਸ਼ਰਾਬ ਦਾ ਪਿਆ ਜਾਂ ਮਰਦ ਨਾਲ ਸੰਬੰਧਿਤ ਸਮਗਰੀ ਪਈ ਹੈ ਤਾਂ ਸਮਝਿਆ ਜਾਊ ਮਰੀਜ਼ ਆਦਮੀ ਹੈ ਸੋ ਸਾਰੇ ਕਾਸੇ ਨੂੰ ਫਿਰ ਰੱਖਣ ਦਾ ਸਵਾਲ ਆਇਆ ਵੀ ਰੱਖਣਾ ਕਿੱਥੇ ਹੈ ਤੇ ਸਾਡੇ ਪੁਰਖਿਆਂ ਨੇ ਦੱਸਿਆ ਕਿ ਤੁਸੀਂ ਨੇੜਲੇ ਚ ਰਸਤੇ 'ਚ ਜਾ ਕੇ ਉਸ ਸਮਗਰੀ ਨੂੰ ਰੱਖਣਾ ਉਸ ਚ ਰਸਤੇ ਦੇ ਵਿੱਚੋਂ ਚਾਰਾਂ ਦਿਸ਼ਾਵਾਂ ਨੂੰ ਲੋਕ ਜਾਣਗੇ ਉਹ ਚਾਰਾਂ ਦਿਸ਼ਾਵਾਂ 'ਚ ਜਾ ਕੇ ਕਿਸੇ ਨੂੰ ਵੀ ਵੈਦ ਮਿਲ ਗਿਆ ਤਉ ਨੂੰ ਸਨੇਹਾ ਲਾ ਦੂਗਾ ਬੇਬਈ ਜੇ ਇੱਕ ਚਰਾਸਤੇ ਫਲਾਣੇ ਚ ਟੂਣਾ ਹੋਇਆ ਪਿਆ ਤੁਸੀਂ ਜਾ ਕੇ ਦੇਖੋ ਉੱਥੇ ਕੋਈ ਮਰੀਜ਼ ਹੈ ਜੇਕਰ ਉਸ ਮਰੀਜ਼ ਦਾ ਇਲਾਜ ਕਰ ਸਕਦੇ ਆ ਤਾਂ ਜਾ ਕੇ ਕਰੋ ਹੁਣ ਆਪਾਂ ਇਹਨੂੰ ਵਿਗਿਆਨਕ ਤੱਕੜੀ ਚ ਪਾ ਕੇ ਦੇਖੀਏ ਵੀ ਵਿਗਿਆਨਕ ਵਿਚਾਰਧਾਰਾ ਇਹਦੇ ਬਾਰੇ ਕੀ ਬੋਲਦੀ ਹੈ ਵਿਗਿਆਨ ਇਹਦੇ ਬਾਰੇ ਦੱਸਦਾ ਹੈ ਕਿ ਅਸੀਂ ਤਾਂ ਦਿਲ ਵੀ ਕੱਢ ਕੇ ਨਵਾਂ ਪਾ ਦਿੰਨੇ ਆ ਅਸੀਂ ਅੱਖ ਦਾ ਕੱਲਾ ਕੱਲਾ ਹਿੱਸਾ ਬਦਲ ਦਿੰਨੇ ਆ ਅਸੀਂ ਤੁਹਾਡੇ ਵਾਸਤੇ ਹਸਪਤਾਲ ਵੱਡੇ ਵੱਡੇ ਖੋਲਤੇ ਅਸੀਂ ਤੁਹਾਡੇ ਵਾਸਤੇ ਦਵਾਈਆਂ ਪੈਦਾ ਕਰਤੀਆਂ ਅਸੀਂ ਪੋਲੀਓ ਵਰਗੀਆਂ ਨਾਮਰਾਦ ਬਿਮਾਰੀਆਂ ਦਾ ਖਾਤਮਾ ਕਰਤਾ ਉਹ ਆਂਦੇ ਸਾਨੂੰ ਟੂਨੇ ਦਾ ਕੋਈ ਪਤਾ ਨਹੀਂ ਅਸੀਂ ਤਾਂ ਆਪਦੀ ਵਿਚਾਰਤਾ ਰਾ ਤੁਹਾਨੂੰ ਦਿੱਤੀ ਐ ਉਸ ਵਿਚਾਰਤਾ ਅਨਸਾਰ ਇਲਾਜ ਕਰਵਾਉਂਗੇ ਤਾਂ ਸਮੇਂ ਦੇ ਹਾਨੀ ਬਣ ਸਕਦੇ ਆਂ ਲੜਾਈ ਦੇ ਸਕਦੇ ਆਂ ਆਪਦੀ ਜ਼ਿੰਦਗੀ ਦੀ ਇਹਨਾਂ ਮਗਰ ਲੱਗ ਕੇ ਤੁਹਾਤੋਂ ਲੜਾਈ ਨਹੀਂ ਦਿੱਤੀ ਜਾਨੀ ਇਹ ਵਿਗਿਆਨਕ ਵਿਚਾਰਤਾ ਰਾ ਕਹਿੰਦੀ ਐ ਇਸ ਤੋਂ ਅੱਗੇ ਆਪਾਂ ਇੱਕ ਹੋਰ ਨਜ਼ਰ ਦਾ ਬਹਿਮ ਜਿਹੜਾ ਕਿ ਆਮ ਪਾਇਆ ਜਾਂਦਾ ਇਹ ਵੀ ਇੱਕ ਰਸਮ ਐ ਪਰ ਮਿੱਤਰੋ ਮੇਰਿਓ ਸਾਡੇ ਲੋਕਾਂ ਨੇ ਜਿਹੜੀਆਂ ਵੀ ਇਹ ਰਸਮਾਂ ਜਿਹੜੇ ਵੀ ਵਹਿਮ ਜਿਹੜੇ ਵੀ ਭਰਮ ਅੱਜ ਭਾਵੇਂ ਵਹਿਮ ਭਰਮ ਵਜੋਂ ਪੂਜੇ ਜਾਂਦੇ ਆ ਪਰ ਕਦੇ ਨਾ ਕਦੇ ਸਾਡੀ ਜ਼ਿੰਦਗੀ ਦਾ ਹਿੱਸਾ ਰਿਹਾ ਇਹ ਸਾਨੂੰ ਇਹ ਸਾਨੂੰ ਗੱਲ ਭੁੱਲਣੀ ਨਹੀਂ ਚਾਹੀਦੀ ਕਿਉਂਕਿ ਇਹਨਾਂ ਸਾਰੇ ਕਾਸ਼ੇ ਨੇ ਜੇਕਰ ਅੱਜ ਵਹਿਮ ਦਾ ਰੂਪ ਲਿਆ ਇਹਨਾਂ ਨੇ ਕਿਤੇ ਨਾ ਕਿਤੇ ਸਾਡੀ ਸੇਵਾ ਕਿਤੇ ਨਾ ਕਿਤੇ ਸਾਡਾ ਪੱਖ ਪੂਰਿਆ ਇਹਨਾਂ ਸਾਰੇ ਕਾਸ਼ੇ ਨੇ ਆਪਾਂ ਨਜ਼ਰ ਦੇ ਵਹਿਮ ਦੀ ਗੱਲ ਕਰੀਏ ਅਧਿਆਤਮਵਾਦੀ ਵਿਚਾਰਧਾਰਾ ਦੱਸਦੀ ਹੈ ਕਿ ਜੇਕਰ ਕਿਸੇ ਮਾਤਾ ਦਾ ਬੱਚਾ ਕਿਸੇ ਔਰਤ ਦਾ ਬੱਚਾ ਸੋਣਾ ਹੈ ਤਾਉਨ ਨੂੰ ਨੂੰ ਹੋਣ ਤੋਂ ਬਾਅਦ ਉਹਦੇ ਕੰਨ ਦੇ ਮਗਰ ਕਾਲਾ ਟਿੱਕਾ ਲਾ ਦੇਣਾ ਚਾਹੀਦਾ ਕਿਉਂਕਿ ਕਿਸੇ ਦੀ ਨਜ਼ਰ ਨਾ ਕਿਤੇ ਉਹਨੂੰ ਲੱਗ ਜੇ ਜੇਕਰ ਕੋਈ ਵਧੀਆ ਮਕਾਨ ਬਣਾਇਆ ਤਾਂ ਉਹਦੇ ਤੇ ਨજર ਵੱਟੂ ਟੰਗਣਾ ਚਾਹੀਦਾ ਜੇਕਰ ਕੋਈ ਗੱਡੀ ਲਿਆਂਦੀ ਆ ਤਾਂ ਉਹਦੇ ਤੇ ਜੁੱਤੀ ਦੀ ਸ਼ਕਲ ਜਾਂ ਜੁੱਤੀ ਬੰਨਣੀ ਚਾਹੀਦੀ ਹੈ ਇਹ ਅਧਿਆਤਮਵਾਦੀ ਵਿਚਾਰਧਾਰਾ ਦੱਸਦੀ ਹੈ ਪਰ ਇਹ ਨਾਲ ਕੁਝ ਨਹੀਂ ਦੱਸਦੀ ਬਈ ਕਾਰਨ ਕੀ ਹੈ ਨਜ਼ਰ ਲੱਗਣ ਦਾ ਕੁਝ ਨਹੀਂ ਕਹਿੰਦੇ ਕਹਿੰਦੇ ਜੀ ਹੌਕਾ ਲੈਂਦਾ ਵੇਖ ਕੇ ਅਗਲਾ ਵਧੀਆ ਚੀਜ਼ ਨੂੰ ਆਹਈ ਕੋ ਕਾਰਨ ਦੱਸਦੇ ਆ ਹੋਰੇ ਕੋਈ ਕਾਰਨ ਨਹੀਂ ਦੱਸਦੇ ਪਰ ਇਤਿਹਾਸਕਾਰਾਂ ਦਾ ਨਜ਼ਰੀਆ ਇਹਦੇ ਬਾਰੇ ਹੋਰ ਹੈ ਉਹ ਕਹਿੰਦੇ ਨਹੀਂ ਨજર ਲੱਗਦੀ ਹੁੰਦੀ ਸੀ ਕਦੇ ਕਦੋਂ ਲੱਗਦੀ ਸੀ ਆਪਾਂ ਇਹਨਾਂ ਦੇ ਨਜ਼ਰੀਏ ਅਨੁਸਾਰ ਦੇਖੀਏ ਇਹ ਕਹਿੰਦੇ ਵੀ ਜਦੋਂ ਰਜਵਾੜਾ ਸ਼ਾਹੀ ਸਾਡੇ ਘਰਾਂ 'ਚ ਸਾਡੀਆਂ ਕੁੜੀਆਂ ਨੂੰ ਆ ਕੇ ਪੈਣ ਲੱਗੀ ਜਦੋਂ ਸਾਡੇ ਤੇ ਹਮਲੇ ਸ਼ੁਰੂ ਹੋਏ ਤਾਂ ਉਹਨਾਂ ਦਾ ਸਭ ਤੋਂ ਪਹਿਲਾ ਨਿਸ਼ਾਨਾ ਸਾਡੀ ਔਰਤ ਹੁੰਦੀ ਸੀ ਜਦੋਂ ਉਹਨਾਂ ਨੇ ਸਾਡੀਆਂ ਔਰਤਾਂ ਤੇ ਹਮਲੇ ਕੀਤੇ ਸੋਹਣੀਆਂ ਕੁੜੀਆਂ ਨੂੰ ਚੱਕਣਾ ਸ਼ੁਰੂ ਕੀਤਾ ਤਾਂ ਪ੍ਰਾਣੀ ਔਰਤ ਬੁੱਢੀ ਔਰਤ ਇੱਕ ਮਾਂ ਨੂੰ ਇਹ ਮੱਤ ਦਿੰਦੀ ਹੁੰਦੀ ਸੀ ਪੁੱਤਰ ਤੇਰੀ ਸੋਹਣੀ ਕੁੜੀ ਸੋਹਣੀ ਤਾਂ ਬਹੁਤ ਹੈ ਪਰ ਇਹਨੂੰ ਤੂੰ ਮੇਲੇ ਤੇ ਭੇਜਣ ਲੱਗੀ ਐ ਇਹਨੂੰ ਤੂੰ ਤਿਆਂ ਚ ਭੇਜਣ ਲੱਗੀਆਂ ਇਹਨੂੰ ਤੂੰ ਬਾਹਰ ਭੇਜਣ ਲੱਗੀਆਂ ਜਦੋਂ ਇਹਨੂੰ ਬਾਹਰ ਭੇਜਣਾ ਇਹਦੇ ਨੱਕ ਦਾ ਗਾਂਦੇ ਦੇ ਮੂੰਹ ਤੇ ਲਾ ਦੀ ਇਹਦੇ ਮੂੰਹ ਤੇ ਕੋਈ ਕਾਲਾ ੱੱੱਬਾ ਲਾ ਦੀ ਇਹਦੇ ਬਾਲਾਂ ਨੂੰ ਖਲਾਰ ਕੇ ਦੇ ਗਾਲ ਚ ਪਾ ਦੀ ਜੇਕਰ ਕਿਤੇ ਤੇਰੀ ਕੁੜੀ ਤੇ ਨજર ਕਿਸੇ ਰਜਵਾੜੇ ਦੀ ਫਿਰ ਗਈ ਨਾ ਤੇ ਉਹ ਚੱਕ ਕੇ ਲੈ ਜਾਊਗਾ ਪਟਿਆਲੇ ਤੱਕ ਥਿਉਣੀ ਨਹੀਂ ਨੀ ਵੀ ਗਈ ਕਿੱਥੇ ਪੁੱਤਰ ਮੇਰਾ ਇਹਦਾ ਸਾਰਾ ਕੁਝ ਵਿਗਾੜ ਦੀ ਫੇਰ ਹੀ ਇਹ ਬਚੂਗੀ ਇਸੇ ਤਰ੍ਹਾਂ ਕਿਸੇ ਕਲਾਕ ਕਿਸੇ ਮੈਸਤਰੀ ਨੇ ਕੋਈ ਆਪਦੀ ਕਲਾਕਿਰਤ ਬਣਾਈ ਹੈ ਉਸ ਕਲਾਕਿਰਤ ਨੂੰ ਦੇਖ ਕੇ ਬੁੱਢਾ ਮੈਸਤਰੀ ਉਹਨੂੰ ਮੱਤ ਦਿਨਾ ਹੁੰਦਾ ਸੀ ਉਹ ਮਿੱਤਰ ਪਿਆਰਿਆ ਤੇਰੀ ਕਲਾਕਿਰਤ ਤਾਂ ਬਹੁਤ ਸੋਹਣੀ ਹੈ ਪਰ ਜੇ ਕਿਸੇ ਰਾਜੇ ਦੀ ਨજર ਜਾਂ ਰਾਣੀ ਦੀ ਨજર ਜਾਂ ਕਿਸੇ ਅਹਿਲਕਾਰ ਦੀ ਨજર ਤੇਰੀ ਕਲਾਕਿਰਤ ਤੇ ਪੈ ਗਈ ਲੱਗ ਗਈ ਨਾ ਤੇ ਉਹ ਤੇਰੀ ਕਲਾਕਿਰਤ ਨੂੰ ਚੱਕ ਕੇ ਲੈ ਜੂ ਤੈਨੂੰ ਕਰਾਇਆ ਵੀ ਕਿਸੇ ਨੇ ਨਹੀਂ ਦੇਣਾ ਤੇ ਇਹਦੇ ਬਣਾਉਣ ਦਾ ਕਿਸੇ ਨੇ ਮੁੱਲ ਵੀ ਨਹੀਂ ਦੇਣਾ ਇਸ ਕਰਕੇ ਉਦੋਂ ਨજર ਲੱਗਦੀ ਹੁੰਦੀ ਸੀ ਤੇ ਵਿਗਿਆਨਿਕ ਵਿਚਾਰਤਾ ਰਹਿ ਦੇ ਬਾਰੇ ਕਹਿੰਦੀ ਹੈ ਕਿ ਅਸੀਂ ਤਾਂ ਆਖ ਦਾ ਕਲਾ ਕਲਾ ਹਿੱਸਾ ਤੁਹਾਨੂੰ ਫਰੋਲ ਕੇ ਦੱਸਤਾ ਵੀ ਕਿਹੜੇ ਹਿੱਸੇ ਦਾ ਕੀ ਕੰਮ ਹੈ ਕਿਸ ਤਰ੍ਹਾਂ ਤੁਹਾਡੇ ਦਿਮਾਗ ਦੇ ਉਸ ਪਰਦੇ ਤੇ ਸ਼ਕਲ ਬਣਦੀ ਹੈ ਕਿਸ ਤਰ੍ਹਾਂ ਉਹਨੂੰ ਦਿਮਾਗ ਪਛਾਣਦਾ ਅਸੀਂ ਤਾਂ ਤੁਹਾਨੂੰ ਸਾਰਾ ਕੁਝ ਦੱਸਤਾ ਜੇਕਰ ਜੇ ਵੀ ਤੁਹਾਨੂੰ ਸਾਡੇ ਤੇ ਯਕੀਨ ਨਹੀਂ ਤਾਂ ਇਹਨਾਂ ਮਗਰ ਲੱਗ ਕੇ ਤੁਸੀਂ ਹੁਣ ਵੀ ਕਾਲੇ ਟਿੱਕੇ ਲਾਈ ਜਾਓ ਪਰ ਜੇਕਰ ਆਪਾਂ ਕਾਲੇ ਟਿੱਕੇ ਦੀ ਗੱਲ ਕਰੀਏ ਉਹ ਵਿਚਾਰੀ ਭੋਲੀ ਮਾਂ ਨੂੰ ਜੇ ਆਪਾਂ ਪੁੱਛੀਏ ਵੀ ਭੋਲੀਏ ਤੂੰ ਤਾਂ ਟਿੱਕਾ ਲਾਉਣੀ ਆ ਕਾਲਾ ਕੰਨ ਦੇ ਮਗਰ ਸਿਰ ਤਾਂ ਐਡਾ ਕਾਲਾ ਕੋਲੇ ਤੈਨੂੰ ਸਿਰ ਤੇ ਨਹੀਂ ਯਕੀਨ ਜੇਕਰ ਕਾਲੇ ਨਹੀਂ हटਣੀਆਂ ਤਾਂ ਕਾਲੇ ਸਿਰ ਨਹੀਂ हटਜੂ ਫਿਰ ਤੇਰੇ ਟਿੱਕੇ ਨਾਲ ਨਹੀਂ हटਣੀ ਜੁੱਤੀ ਦੀ ਗੱਲ ਆਉਂਦੀ ਆ ਵੀ ਗੱਡੀਆਂ ਲੈ ਲੀਆਂ ਸੀ ਜੁੱਤੀ ਬੰਦਦੇ ਆ ਤੇ ਜੁੱਤੀਆਂ ਤੋਂ ਬਿਨਾ ਤਾਂ ਨਹੀਂ ਆਪਾਂ ਗੱਡੀ 'ਚ ਬੈਠੇ ਹੁੰਦੇ ਜੇ ਜੁੱਤੀ ਨਹੀਂ हटਣੀ ਆ ਤਾਂ ਅਸੀਂ ਜੁੱਤੀ ਪਾ ਕੇ ਹੀ ਗੱਡੀ 'ਚ ਬੈਠਦੇ ਆ ਫਿਰ ਉਹਨਾਂ ਜੁੱਤੀਆਂ ਨਹੀਂ हटਜੂ ਇਹ ਤਾਂ ਸਿਰਫ ਇੱਕ ਆ ਇਹਨਾਂ ਦਾ ਤੋਰੀ ਫੁਲਕਾ ਚਲਾਉਣ ਦੇ ਢੰਗ ਤਰੀਕੇ ਆ ਵੀ ਸਾਡਾ ਤੋਰੀ ਫੁਲਕਾ ਕਿਹੜੇ ਢੰਗ ਤਰੀਕੇ ਨਾਲ ਚੱਲ ਸਕਦਾ ਉਹੀ ਇਹਨਾਂ ਨੇ ਵਰਤੇ ਆ ਹੁਣ ਆਪਾਂ ਇਸ ਤੋਂ ਅੱਗੇ ਨਜ਼ਰ ਦੇ ਵਹਿਮ ਤੋਂ ਅੱਗੇ ਅਗਲਾ ਜੋਤਿਸ਼ ਦੇ ਪਿਛੋਕੜ ਬਾਰੇ ਜਿਹੜਾ ਅੱਜ ਦਾ ਆਪਣਾ ਵਿਸ਼ਾ ਹੈ ਕਿਉਂਕਿ ਸਾਰੀਆਂ ਰਸਮਾਂ ਨੂੰ ਇਹਨਾਂ ਸਾਰੀਆਂ ਜਿਹੜੇ ਵਹਿਮ ਭਰਮ ਹੈ ਇਹਨਾਂ ਨੂੰ ਅੱਜ ਆਪਾਂ ਤਾਂ ਤੋਲਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਇਹਨਾਂ ਦਾ ਵੀ ਪਿਛੋਕੜ ਜੋਤਿਸ਼ਵਾੰਗ ਕਿਸੇ ਨਾ ਕਿਤੇ ਮਨੁੱਖੀ ਜ਼ਿੰਦਗੀ ਦੇ ਨਾਲ ਬਹੁਤ ਗੂੜਾ ਜੁੜਿਆ ਹੋਇਆ ਤੇ ਜੋਤਿਸ਼ ਵੀ ਉਹਨਾਂ ਚੋਂ ਇੱਕ ਆ ਜੀਦਾ ਸਾਡੇ ਨਾਲ ਬਹੁਤ ਗੂੜਾ ਪਛੋਕੜ ਜੁੜਿਆ ਹੋਇਆ ਸੀ ਹਿੰਦੂ ਵੀਰ ਬੈਠੇ ਆ ਬਹੁਤ ਸਾਰੇ ਸੁਣਦੇ ਆ ਹਿੰਦੂ ਵੀਰ ਇੱਕ ਰਸਮ ਪੂਜਦੇ ਆ ਵਾਸੜੀਆ ਪੂਜਣ ਦੀ ਰਸਮ ਨੂੰ ਅਸੀਂ ਕਹਿੰਦੇ ਆ ਉਹ ਆਮ ਕਰਕੇ ਜਦੋਂ ਗਰਮੀ ਸ਼ੁਰੂ ਹੁੰਦੀ ਹੈ ਸਿਆਲ ਠੰਡ ਦਾ ਅੰਤ ਹੁੰਦਾ ਉਦੋਂ ਰਸਮ ਆਉਂਦੀ ਹੈ ਉਸ ਰਸਮ ਅਨੁਸਾਰ ਅਸੀਂ ਰਾਤ ਦੀ ਰਿਣੀ ਹੋ ਚੀਜ਼ ਦੂਜੇ ਦਿਨ ਖਾਣੀ ਹੁੰਦੀ ਹੈ ਉਸ ਤੋਂ ਬਾਅਦ ਉਹ ਸਾਰੇ ਸਮਾਜ ਨੇ ਕਾਟਾ ਮਾਰ ਦੇਣਾ ਹੁੰਦਾ ਵੀ ਅੱਜ ਤੋਂ ਬਾਅਦ ਰਾਤ ਦੀ ਰਿਣੀ ਹੋਈ ਚੀਜ਼ ਦੂਜੇ ਦਿਨ ਨਹੀਂ ਖਾਣੀ ਹੁਣ ਸਾਡੇ ਉਹਨਾਂ ਪ੍ਰਾਤਨ ਲੋਕਾਂ ਨੂੰ ਨਾ ਦਿਨਾਂ ਦੇ ਨਾਮਾਂ ਦਾ ਪਤਾ ਨਾ ਮਹੀਨਿਆਂ ਦੀ ਜਾਣਕਾਰੀ ਹੈ ਨਾ ਹੀ ਉਹਨਾਂ ਨੂੰ ਰੋਤਾਂ ਦੀ ਜਾਣਕਾਰੀ ਹੈ ਫਿਰ ਜਾਣਕਾਰੀ ਉਹਨਾਂ ਨੂੰ ਕਾਦੀ ਹੈ ਸਿਰਫ ਇੱਕ ਰਸਮ ਦੀ ਉਸ ਰਸਮ ਨੂੰ ਪਿੰਡ ਦਾ ਉਹ ਮੁਖੀ ਪਿੰਡ ਦਾ ਉਹ ਆਗੂ ਪਿੰਡ ਦਾ ਉਹ ਜੋਤਸ਼ੀ ਆਪਦੇ ਉਸ ਚੰਦਰ ਮਹੀਨਿਆਂ ਜਾਂ ਸੂਰਜ ਮਹੀਨਿਆਂ ਦੇ ਅਨੁਸਾਰ ਲੋਕਾਂ ਨੂੰ ਦੱਸਦਾ ਹੁੰਦਾ ਸੀ ਕਿ ਹੁਣ ਗਰਮੀ ਇੰਨੀ ਵੱਧ ਗਈ ਵੀ ਅੱਜ ਤੋਂ ਬਾਅਦ ਜੇਕਰ ਰਾਤ ਦਾ ਰਖੀ ਹੋਈ ਚੀਜ਼ ਤੁਸੀਂ ਦੂਜੇ ਦਿਨ ਖਾਵੋਗੇ ਤਾਂ ਬਿਮਾਰ ਹੋ ਸਕਦੇ ਆ ਉਸ ਰਸਮ ਅਨਸਾਰ ਲੋਕਾਂ ਨੂੰ ਤੰਦਰੁਸਤ ਰੱਖਣਾ ਛੁਪਿਆ ਹੋਇਆ ਸੀ ਵਿੱਚ ਹੁਣ ਮਹੀਨਿਆਂ ਤੇ ਦਿਨਾਂ ਦੀ ਜਾਣਕਾਰੀ ਨਾ ਹੋਣ ਕਰਕੇ ਦੱਸਣ ਦਾ ਤੰਗ ਰਸਮ ਰਾਹੀਂ ਸੀ ਇਹੀ ਇਹ ਅਧਿਆਤਮਵਾਦੀ ਵਿਚਾਰਧਾਰਾ ਇਹਦੇ ਬਾਰੇ ਦੱਸਦੀ ਹੈ ਪਰ ਜੇਕਰ ਆਪਾਂ ਅ ਇਤਿਹਾਸਕਾਰਾਂ ਦੇ ਨਜ਼ਰੀਏ ਅਨੁਸਾਰ ਦੇਖੀਏ ਤਾਂ ਇਤਿਹਾਸਕਾਰ ਦੱਸਦੇ ਆ ਕਿ ਜੋਤਿਸ਼ ਦਾ ਹੋਰ ਵੀ ਬਹੁਤ ਕੁਝ ਇਹਦੇ ਨਾਲ ਜੁੜਿਆ ਹੋਇਆ ਸਾਡੀਆਂ ਪੁਰਾਣੀਆਂ ਰਸਮਾਂ ਦੇ ਨਾਲ ਜੁੜਿਆ ਹੋਇਆ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਜਦੋਂ ਸੌਣ ਭਾਦੋਂ ਦੇ ਵਿੱਚ ਜ਼ਿਮੀਂਦਾਰ ਆਪਣੀ ਜ਼ਮੀਨ ਨੂੰ ਬੋਂਦਾ ਸੀ ਜ਼ਮੀਨ ਨੂੰ ਬਾਹ ਕੇ ਉਹਦੇ ਤੇ ਸੁਹਾਗਾ ਫੇਰ ਕੇ ਰੱਖ ਦਿੰਦਾ ਸੀ 2-3 ਮਹੀਨੇ ਬਾਅਦ ਉਸ ਨੂੰ ਬੀਜਣ ਦਾ ਸਮਾਂ ਆਉਂਦਾ ਸੀ ਪਰ ਉਹਨਾਂ ਨੂੰ ਦਿਨਾਂ ਦੀ ਗਿਣਤੀ ਜਾਂ ਮਹੀਨਿਆਂ ਦੀ ਗਿਣਤੀ ਜਾਂ ਸਮੇਂ ਦੀ ਜਾਣਕਾਰੀ ਨਾ ਹੋਣ ਕਰਕੇ ਉਹ ਜੋਤਿਸ਼ੀ ਜੀ ਤੋਂ ਪਿੰਡ ਦੇ ਤੋਂ ਪੁੱਛਣ ਜਾਂਦੇ ਸੀ ਕਿ ਪੰਡਤ ਜੀ ਕੀ ਕਣਕ ਬੀਜਣ ਦਾ ਸਮਾਂ ਆ ਗਿਆ ਮੈਂ ਕਣਕ ਬੀਜਦੇ ਆ ਫਿਰ ਉਹ ਆਪਣੀ ਪਤਰੀ ਖੋਲ ਕੇ ਦੱਸਦਾ ਹੁੰਦਾ ਸੀ ਸਮੇਂ ਦਾ ਅਨੁਮਾਨ ਲਾ ਕੇ ਵੀ ਹਾਂ ਸਮਾਂ ਆ ਗਿਆ ਤੂੰ ਭਾਈ ਇਹ ਬਜਾਈ ਕਰ ਸਕਦਾ ਮਤਲਬ ਉਹਨੂੰ ਪਤਾ ਸੀ ਵੀ ਕਿੱਤੇ ਦਾ ਮਹੀਨਾ ਚੜ ਗਿਆ ਕਣਕ ਦੀ ਬਜਾਈ ਸ਼ੁਰੂ ਹੋ ਗਈ ਸਾਡੇ ਆਮ ਨੂੰ ਇਹ ਗੱਲ ਨਹੀਂ ਸੀ ਪਤਾ ਹੁੰਦੀ ਇਸੇ ਤਰ੍ਹਾਂ ਜੋਤਿਸ਼ ਦੇ ਪਿਛੋਕੜ ਦੀ ਆਪਾਂ ਹੋਰ ਗੱਲ ਕਰੀਏ ਜੇਕਰ ਅੱਜ ਆਪਾਂ ਅੱਜ ਇਸ ਅੱਜ ਦੇ ਜੋਤਿਸ਼ ਨੂੰ ਵੇਖਦੇ ਆ ਤਾਂ ਟੋਟਲੀ ਸਾਡੇ ਲੁੱਟ ਦੇ ਇੱਕ ਲੁੱਟ ਦੇ ਤਰੀਕੇ ਵਜੋਂ ਇਹਨੂੰ ਵਰਤ ਰਹੇ ਹੈ ਇਹਨੂੰ ਵਿਗਿਆਨਕ ਕਰਨ ਦੀ ਕੋਸ਼ਿਸ਼ ਕਰਦੇ ਆ ਭਾਵੇਂ ਇਹਦੀ ਕਦੇ ਜ਼ਿੰਦਗੀ ਚ ਲੋੜ ਸੀ ਪਰ ਅੱਜ ਸਾਨੂੰ ਆਪਦੀਆਂ ਜਨਮ ਤਰੀਕਾਂ ਦੀ ਆਪਦੇ ਸਾਰੇ ਕਾਸੇ ਦੀ ਸਾਡੇ ਬੱਚਿਆਂ ਦੇ ਜੰਮਣ ਦਾ ਸਾਨੂੰ ਗਰਮੀ ਦਾ ਸਾਨੂੰ ਝਕੜਾਂ ਦਾ ਸਾਨੂੰ ਹਨੇਰੀਆਂ ਦਾ ਸਾਡੇ ਮੌਸਮ ਵਿਗਿਆਨੀ ਸਾਰਾ ਕੁਝ ਦੱਸਦੇ ਆ ਪਰ ਇਹਨਾਂ ਦੀ ਲਤ ਅਸੀਂ ਫੇਰ ਵੀ ਵਿੱਚੋਂ ਨਹੀਂ ਕੱਢ ਸਕੇ ਉਹਦਾ ਵੀ ਇੱਕ ਕਾਰਨ ਹੈ ਆਪਾਂ ਇਸ ਨੂੰ ਇਸ ਤੋਂ ਅੱਗੇ ਪਰਤਾਲਣ ਦੀ ਕੋਸ਼ਿਸ਼ ਕਰਦੇ ਆ ਪਰ ਜੋਤਿਸ਼ ਦਾ ਵਿਸ਼ਾ ਖੋਲਣ ਤੋਂ ਪਹਿਲਾਂ ਆਪਾਂ ਨੂੰ ਧਰਤੀ ਨੂੰ ਗੋਲ ਕਰਨਾ ਪੈਣਾ ਹੈ ਕਿਉਂਕਿ ਪਰਾਤਨ ਜੋਤਿਸ਼ ਜੋਤਿਸ਼ ਜਿੱਥੋਂ ਸ਼ੁਰੂ ਹੋਇਆ ਉਹ ਧਰਤੀ ਨੂੰ ਚਪਟੀ ਮੰਨ ਕੇ ਸੂਰਜ ਨੂੰ ਇਹਦੇ ਦੁਆਲੇ ਘੁਮਾ ਕੇ ਤੇ ਪਹਿਲੇ 7 ਗ੍ਰਹਾਂ ਜਿਹੜੇ ਜਿਹੜੇ ਨੰਗੀ ਅੱਖ ਦੇ ਨਾਲ ਵੇਖੇ ਜਾ ਸਕਦੇ ਸੀ ਆਓ ਫਿਰ ਆਪਾਂ ਹੁਣ ਧਰਤੀ ਨੂੰ ਪਹਿਲਾਂ ਗੋਲ ਕਰ ਲਈਏ ਤਾਂ ਕਿ ਜੋਤਿਸ਼ ਨੂੰ ਸਮਝਣ 'ਚ ਆਪਾਂ ਨੂੰ ਹੋਰ ਵੀ ਸੌਖ ਰਹੇ ਇਸ ਧਰਤੀ ਨੂੰ ਗੋਲ ਕਰਨ ਪਿੱਛੇ ਜਿਹੜੇ ਮਹਾਨ ਵਿਗਿਆਨੀਆਂ ਦਾ ਹੱਥ ਹੈ ਉਹਨਾਂ 'ਚੋਂ ਸਾਰਿਆਂ ਨਾਲੋਂ ਪਹਿਲਾਂ ਕਾਪਰਨਿਕਸ ਨੇ 1540 ਈਸਵੀ ਚ ਇੱਕ ਪੇਪਰ ਲਿਖਿਆ ਉਸ ਪੇਪਰ ਲਿਖਣ ਅਨੁਸਾਰ ਉਹਨੇ ਸਮੇਂ ਦਾ ਜਿਹੜਾ ਰੈਬਰ ਸੀ ਸਮੇਂ ਦਾ ਜਿਹੜਾ ਆਗੂ ਸੀ ਉਹਨੂੰ ਚੈਲੰਜ ਕੀਤਾ ਸੀ ਕਿ ਪਾਪ ਜੀ ਮੈਨੂੰ ਤਾਂ ਧਰਤੀ ਗੋਲ ਲੱਗਦੀ ਹੈ ਉਹ ਪਾਪ ਜਿਹੜਾ ਕਿ ਉਦੋਂ ਸਮੇਂ ਦਾ ਅਧਿਆਤਮ ਗੁਰੂ ਅਧਿਆਤਮਕ ਗੁਰੂ ਸੀ ਉਹ ਕਹਿੰਦਾ ਉਹ ਕਾਪਰਨੀਕਸਾ ਇਹ ਈਦੀ ਛੇਤੀ ਗੋਲ ਹੋਣ ਵਾਲੀ ਨਹੀਂ ਸਾਡੀ ਬਾਈਬਲ ਦੇ ਵਿੱਚ ਲਿਖਿਆ ਹੋਇਆ ਹੈ ਧਰਤੀ ਚਪਟੀ ਹੈ ਜਦੋਂ ਕਿ ਬਾਈਬਲ ਸ਼ਬਦ ਪ੍ਰਮਾਣ ਦਾ ਮਸਲਾ ਹੈ ਇੱਥੇ ਸ਼ਬਦ ਪ੍ਰਮਾਣ ਨੂੰ ਆਪਾਂ ਸਮਝ ਲਈਏ ਸ਼ਬਦ ਪ੍ਰਮਾਣ ਕੀ ਹੈ ਤਿੰਨ ਕਿਸਮ ਦੇ ਪ੍ਰਮਾਣ ਹੁੰਦੇ ਆ ਅਨੁਮਾਨ ਪ੍ਰਮਾਣ ਪ੍ਰਤੱਖ ਪ੍ਰਮਾਣ ਤੇ ਸ਼ਬਦ ਪ੍ਰਮਾਣ ਅਨੁਮਾਨ ਪ੍ਰਮਾਣ ਉਹ ਹੁੰਦਾ ਵੀ ਕਿਤੇ ਅੱਗ ਲੱਗੀ ਆ ਧੂਆ ਨਿਕਲਦਾ ਧੂਏ ਨਿਕਲਦੇ ਤੋਂ ਹੀ ਅਸੀਂ ਅਨੁਮਾਨ ਲਾ ਲੈਨੇ ਆ ਵੀ ਉੱਥੇ ਅੱਗ ਲੱਗੀ ਆ ਪ੍ਰਤੱਖ ਪ੍ਰਮਾਣ ਉਹ ਹੁੰਦਾ ਦੋ ਤੇ ਦੋ ਚਾਰ ਇੱਥੇ ਆ ਦੋ ਤੇ ਦੋ ਚਾਰ ਹੀ ਚੰਦ ਤੇ ਜਾ ਕੇ ਹੋਣਗੇ ਤੇ ਇਸੇ ਤਰ੍ਹਾਂ ਜੇ ਦੋ ਗੈਸਾਂ ਨੂੰ ਰਲਾ ਕੇ ਪਾਣੀ ਬਣਾਉਨੇ ਆ ਤਾਂ ਉਹ ਇੱਥੇ ਵੀ ਉਹਦਾ ਮਿਸ਼ਰਣ ਉਹੀ ਚੱਲੂਗਾ ਤੇ ਉੱਥੇ ਜਾ ਕੇ ਵੀ ਉਹੀ ਚੱਲੂਗਾ ਇਹ ਹੁੰਦਾ ਪ੍ਰਤੱਖ ਪਰਮਾਨ ਪਰ ਜਿਹੜੀ ਸ਼ਬਦ ਪ੍ਰਮਾਨ ਦੀ ਗੱਲ ਹੈ ਇਹਨੂੰ ਆਪਣਾ ਸਮਝਣਾ ਬਣਦਾ ਹੈ ਸ਼ਬਦ ਪ੍ਰਮਾਨ ਸਾਡੇ ਧਾਰਮਿਕ ਉਹਨਾਂ ਰਹਿਬਰਾਂ ਅਨੁਸਾਰ ਜਿੰਨੇ ਵੀ ਧਰਮ ਦੇ ਗ੍ਰੰਥ ਹੈ ਜਿਨ ਲਿਖੇ ਗਏ ਆ ਉਹਨਾਂ ਦੇ ਵਿੱਚ ਜੋ ਕੁਝ ਵੀ ਲਿਖਿਆ ਗਿਆ ਹਰ ਧਰਮ ਦੇ ਆਗੂ ਦਾ ਇਹ ਇੱਕੋ ਹੀ ਕਹਿਣਾ ਹੈ ਵੀ ਉਹਦੇ ਵਿੱਚ ਜੋ ਕੁਝ ਵੀ ਲਿਖਿਆ ਗਿਆ ਉਹ ਬਦਲਣ ਯੋਗ ਨਹੀਂ ਪਰ ਕਾਪਰਨਿਕਸ ਨੇ ਹਿੰਮਤ ਕੀਤੀ 1540 ਚੋ ਲਿਖਿਆ ਹੋਇਆ ਪੇਪਰ ਜਦੋਂ ਪਾਪ ਨੂੰ ਦਿਖਾਇਆ ਤੇ ਪਾਪ ਨੇ ਆ ਸ਼ਬਦ ਪ੍ਰਮਾਣ ਦਾ ਰੌਲਾ ਪਾ ਕੇ ਜਦੋਂ ਦੱਸਿਆ ਤੇ ਨਾਲ ਦੇ ਵਿਗਿਆਨੀਆਂ ਨੇ ਕਾਪਰਨਿਕਸ ਦੀ ਬਾਹ ਫੜ ਲਈ ਉਹ ਆਂਦੇਓ ਮਿੱਤਰਾ ਐਡੀ ਛੇਤੀ ਇਹ ਮੰਨਣ ਵਾਲੇ ਨਹੀਂ ਇਹਨਾਂ ਲੋਕਾਂ ਦਾ ਦਬ ਦਬਾ ਬੜਾ ਕਰੜਾ ਹੈ ਆਜਾ ਆਪਾਂ ਹੋਰ ਸਬੂਤ ਇਕੱਠੇ ਕਰਕੇ ਲਿਆਈਏ ਫੇਰ ਇਹਨਾਂ ਨੂੰ ਦੱਸਾਂਗੇ ਧਰਤੀ ਸੱਚੀ ਗੋਲ ਹੈ ਉਹ ਹੋਰ ਸਬੂਤ ਇਕੱਠੇ ਕਰਨ ਲੱਗੇ ਪਰ ਇਕੱਠੇ ਕਰਦਿਆਂ ਕਰਦਿਆਂ 1542 ਈਸਵੀ ਚ ਕਾਪਰਨਿਕਸ ਦੀ ਮੌਤ ਹੋ ਗਈ